ਅਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਕਿ ਤੁਹਾਡੇ ਹਸਬੈਂਡ ਹੈ ਜੋ ਐਡੀ ਵੱਡੀ ਮਤਲਬ ਕਿ ਤਿੰਨ ਜਗ੍ਹਾ ਤੋਂ ਸਿਲੈਕਟ ਹੋ ਕੇ ਅਖੀਰ ਉਹਨਾਂ ਨੇ ਇਹ ਚੁਆਇਸ ਕੀਤੀ? ਮੈਂ ਬਹੁਤ ਖੁਸ਼ ਹਾਂ। ਐਟਲੀਸਟ ਜਿਹੜਾ ਇਹਨਾਂ ਦਾ ਸੁਪਨਾ ਸੀ ਇੰਨੇ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ, ਘੱਟੋ ਘੱਟ 9 ਸਾਲ ਹੋ ਚੁੱਕੇ ਸੀ, ਅੱਜ ਜਾ ਕੇ ਉਹ ਪੂਰਾ ਹੋ ਚੁੱਕਿਆ। ਆਈ ਐਮ ਫੀਲਿੰਗ ਵੈਰੀ ਹੈਪੀ। ਅਤੇ ਕੀ ਇਹਨਾਂ ਨੂੰ ਤੁਸੀਂ ਸੰਦੇਸ਼ ਦੇਣਾ ਚਾਹੋਗੇ ਵੀ ਕਿਸ ਤਰ੍ਹਾਂ ਦਾ ਆਪਣੀ ਜੋਬ ਹੈ ਜਿਹੜੀ? ਅੱਜ ਤੱਕ ਇਹਨਾਂ ਨੇ ਆਪਣੀ ਹਰੇਕ ਜੋਬ ਨੂੰ ਪੂਰੀ ਡੈਡੀਕੇਸ਼ਨ ਨਾਲ ਕੀਤਾ, ਪੂਰੀ ਇਮਾਨਦਾਰੀ ਨਾਲ ਕੀਤਾ, ਔਰ ਮੈਨੂੰ ਉਮੀਦ ਹੈ ਅੱਗੇ ਵੀ ਇਸੇ ਤਰ੍ਹਾਂ ਹੀ ਕਰਦੇ ਰਹਿਣਗੇ ਔਰ ਆਪਣਾ ਵਧੀਆ ਨਾਮ ਬਣਾਉਣਗੇ ਇਮਾਨਦਾਰੀ ਵਿੱਚ ਪੂਰੀ ਡੈਡੀਕੇਸ਼ਨ ਦੇ ਨਾਲ। ਮੈਂ ਟੀਚਿੰਗ ਲਾਈਨ 'ਚ ਹਾਂ, ਆਈ ਐਮ ਵਰਕਿੰਗ ਐਜ਼ ਅ ਸਾਇੰਸ ਟੀਚਰ ਐਟ ਰਾਮਗੜ੍ਹ ਚੁੰਗਾ ਸਕੂਲ। ਇਹ ਤਾਂ ਅੱਜ ਤੱਕ ਸੁਣਿਆ ਹੀ ਹੈ, ਪਰ ਹੁਣ ਜੇ ਮੰਨਦੇ ਹੈ ਤਾਂ ਓਬਵੀਅਸਲੀ ਹੋਏਗਾ ਹੀ। ਬਸ ਆਲ ਦਾ ਬੈਸਟ ਫੋਰ ਯੂਰ ਫਿਊਚਰ, ਇਸੇ ਤਰ੍ਹਾਂ ਹੀ ਵਧੀਆ ਲਗਨ ਨਾਲ ਕੰਮ ਕਰਦੇ ਰਹੋ। ਮੇਰਾ ਨਾਮ ਅਸ਼ਮੀਤ ਮਾਨ ਆ। ਕੀ ਫੀਲਿੰਗ ਕਰ ਰਹੇ ਹੋ ਤੁਹਾਡੇ ਪਾਪਾ? ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਪਾਪਾ SDM ਬਣ ਗਏ, ਉਹ ਅੱਗੇ ਵੀ ਆਈ ਵੱਡੇ ਵੱਡੇ। ਤੇਰਾ ਕੀ ਫਿਊਚਰ ਹੋਊਗਾ? ਮੇਰਾ ਫਿਊਚਰ ਹੋਊਗਾ ਕਿ ਮੈਂ ਪਾਪਾ ਦੇ SDM ਦੇ ਰਿਕਾਰਡ ਨੂੰ ਬ੍ਰੇਕ ਕਰਾਂ। ਫਿਰ ਉਸ ਤੋਂ ਬਾਅਦ? ਉਸ ਤੋਂ ਬਾਅਦ ਮੈਂ IPS ਬਣ ਜਾ। ਪੂਰਾ ਟੀਚਾ ਹੈ IPS ਦਾ ਟੀਚਾ ਜਾਂ ਪਾਪਾ ਲਈ ਲਾਈਨ ਸਿਵਲ ਲਾਈਨਸ ਦੇ ਵਿੱਚ ਜਾਣਾ ਜਾਂ ਫਿਰ ਕੋਈ ਹੋਰ ਟੀਚਿੰਗ ਲਾਈਨ ਦੇ, ਜਿਸ ਤਰ੍ਹਾਂ ਤੁਹਾਡੇ ਮੰਮਾ ਪਹਿਲਾਂ ਪਾਪਾ ਵੀ ਟੀਚਿੰਗ ਲਾਈਨ ਦੇ ਵਿੱਚ ਸੀ, ਹੁਣ ਪਾਪਾ ਤੁਹਾਡੇ PCS ਕਰਕੇ SDM ਪੋਸਟ 'ਤੇ ਜਾ ਰਹੇ ਨੇ, ਤੁਹਾਡਾ ਕੀ ਗੋਲ ਹੈ ਲਾਈਫ ਦੇ ਵਿੱਚ? ਮੈਂ ਪਹਿਲਾਂ ਸਕੂਲ ਵਿੱਚ ਪੜ੍ਹਾਊਂਗਾ 5 ਸਾਲ, ਫਿਰ ਮੈਂ ਪੇਪਰ ਦਊਂਗਾ SDM ਦੇ, ਫਿਰ ਮੈਂ ਫਿਰ ਮੇਰੀ ਜਦੋਂ ਪ੍ਰਮੋਸ਼ਨ ਹੋ ਗਈ ਉਦੋਂ ਮੈਂ IPS ਬਣੂੰਗਾ। ਕੀ ਨਾਮ ਤੁਹਾਡਾ? ਕਰਤਾਰ ਕੌਰ। ਕਰਤਾਰ ਕੌਰ, ਕਿੰਨੀ ਕੁ ਖੁਸ਼ੀ ਹੋ ਰਹੀ ਹੈ ਤੁਹਾਡਾ ਪੁੱਤਰਾ ਜਿਹੜਾ SDM ਲੱਗ ਰਿਹਾ? ਬਹੁਤ ਖੁਸ਼ੀ ਹੈ, ਕਰਮਾਲ। ਤੁਹਾਡੇ ਪਰਿਵਾਰ ਦੇ ਵਿੱਚੋਂ ਪਹਿਲਾ ਮਤਲਬ ਕਿ ਬੱਚਾ ਹੈ ਜਿਹੜਾ ਐਡੀ ਵੱਡੀ ਪਦਵੀ 'ਤੇ ਜਾ ਰਿਹਾ, ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਪਰਿਵਾਰ? ਬਹੁਤ ਖੁਸ਼ੀ 'ਚ ਹੈ, ਖੁਸ਼ੀ 'ਚ ਹੈ ਬਹੁਤ ਹੀ। ਕੀ ਆਸ਼ੀਰਵਾਦ ਦਿਓਗੇ ਕਿ ਵੀ ਇਸ ਕਿਸ ਤਰ੍ਹਾਂ ਦਾ ਮਤਲਬ ਕਿ ਆਪਦੀ ਡਿਊਟੀ ਨਿਭਾਉਣ? ਚੰਗੀ ਨਿਭਾਉਣਗੇ, ਚੰਗਾ ਅੱਗੇ ਵੀ ਚੰਗੀ ਨਿਭਾਈ। ਦਿਲਬਾਗ ਸਿੰਘ, ਕੀ ਕਹਿਣਾ ਚਾਹੋਗੇ ਤੁਹਾਡਾ ਬੇਟਾ ਜਿਹੜਾ ਹੈਗਾ ਅੱਜ SDM ਸਿਲੈਕਟ ਹੋਏ? ਬਹੁਤ ਬਹੁਤ ਖੁਸ਼ੀ ਹੈ ਸਾਨੂੰ, ਅਸੀਂ ਇਹਨਾਂ ਲੋਕਾਂ ਦਾ ਭਲਾ ਕਰੂਗਾ ਅਤੇ ਪਿੰਡ ਦਾ ਨਾਂ ਰੋਸ਼ਨ ਹੋਇਆ, ਪਰਿਵਾਰ ਦਾ ਨਾਂ ਰੋਸ਼ਨ ਹੋਇਆ। ਕਿਸ ਤਰ੍ਹਾਂ ਦੀ ਇਹਦਾ ਬਚਪਨ ਬੀਤਿਆ, ਕਿਸ ਤਰ੍ਹਾਂ ਦਾ? ਇਹਦਾ ਬਚਪਨ ਇਹ ਬੱਚਾ ਇੱਥੇ ਪਿੰਡ 'ਚ ਛੋਟਾ ਜਿਹਾ ਪਿੰਡ ਹੈ, ਪ੍ਰਾਇਮਰੀ ਸਕੂਲ 'ਚ ਪੜ੍ਹਿਆ, 5 ਜਿਹੜੇ ਇੱਥੇ ਪਾਸ ਕੀਤੀਆਂ, 3 DAV 'ਚ ਪਾਸ ਕਰਕੇ ਆਇਆ, ਫਿਰ ਸਰਕਾਰੀ ਸਕੂਲ 'ਚ ਲੱਗਿਆ ਹਾਈ ਸੈਕੰਡਰੀ ਬਲਮਗੜ੍ਹ, 12 ਉੱਥੇ ਕੀਤੀਆਂ। ਫਿਰ ਉਸ ਤੋਂ ਬਾਅਦ ਕਿੱਥੇ ਸਿੱਖਿਆ ਪ੍ਰਾਪਤ? ਉੱਥੇ ਉਸ ਤੋਂ ਬਾਅਦ ਸਰਕਾਰੀ ਕਾਲਜ ਗਏ, ਉਸ ਤੋਂ ਬਾਅਦ ਫਿਰ ਪਟਿਆਲੇ ਗਿਆ ਜੀ। ਨਹੀਂ ਜੀ, ਸਾਡਾ ਮੁੱਢ ਤੋਂ ਹੀ ਸੀ ਇਹ, ਸਾਡਾ ਪਹਿਲਾਂ ਤੋਂ ਸੀ ਰੁਚੀ ਵੀ ਇਹਨੂੰ ਪੜ੍ਹਾਉਣਾ ਹੀ, ਬੱਚੇ ਸਾਡੇ ਮੇਰੇ 2 ਬੇਟੀਆਂ ਸੀ ਉਹ ਵੀ ਸਿਲੈਕਟ ਹੋਈਆਂ, ਅਤੇ ਇਹ ਵੀ ਅਤੇ ਬਹੁਤ ਸਾਨੂੰ ਖੁਸ਼ੀ ਬਹੁਤ ਜ਼ਿਆਦਾ ਹੈ। ਪਹਿਲਾਂ ਇਹ ਕਿਹੜੀ ਜੋਬ 'ਤੇ ਸਿਲੈਕਟ ਹੋਈ? ਪਹਿਲਾਂ ਇਹ ਹੋਏ ਸੀ ਜੀ ਲੈਕਚਰਾਰ, ਉਸ ਤੋਂ ਬਾਅਦ ਥੋੜ੍ਹੇ ਦਿਨ ਹੋ ਗਏ ਫਿਰ ਇਹਨਾਂ ਨੇ ਪੇਪਰ ਫੇਰ ਦਿੱਤਾ ਸੀ ਟੈਸਟ, ਫਿਰ ਇਹ ਪ੍ਰਿੰਸੀਪਲ ਸਿਲੈਕਟ ਹੋ ਗਏ ਸੀ, ਉਦੋਂ ਬਾਅਦ 3 ਜੇ 4 ਦਿਨੋਂ ਫਿਰ ਇਹਦਾ ਸਿਲੈਕਟ ਹੋਏ। ਅਤੇ ਤੁਹਾਨੂੰ ਐਂ ਨਹੀਂ ਲੱਗਿਆ ਵੀ ਇਹਨੂੰ ਸਿਵਾਈ 'ਚ ਪਾਈ? ਨਾ ਜੀ ਨਾ, ਸਾਡਾ ਹੈ ਹੀ ਨਹੀਂ ਸਿਵਾਈ, ਇਹਦਾ ਚੱਕਰ ਹੀ ਨਹੀਂ ਸੀ। ਹਾਂ ਤਾਂ ਬਹੁਤ ਕੁਛ ਵੀ ਇਹਨੇ ਬਹੁਤ ਪਿੰਡ ਦਾ ਨਾਂ ਰੋਸ਼ਨ ਕੀਤਾ ਅਤੇ ਬਹੁਤ ਹੀ ਲਾਇਕ ਬੱਚਾ। ਇਹਨੂੰ ਕਿਸ ਤਰ੍ਹਾਂ ਦੀ ਸਿੱਖਿਆ ਦੇਣੀ ਚਾਹੋਗੇ? ਅਸੀਂ ਸਿੱਖਿਆ ਦੇਣੀ ਵੀ ਲੋਕਾਂ ਦਾ ਭਲਾ ਕਰੇ, ਰਿਸ਼ਵਤ ਤੋਂ ਬਚੇ, ਨਾ ਕਿਸੇ ਨੂੰ ਦੇਵੇ ਨਾ ਲਾਏ। ਕਮਰਜੀਤ ਸਿੰਘ ਜੀ, ਕੀ ਮਹਿਸੂਸ ਕਰ ਰਹੇ ਹੋ ਜਿਹੜਾ ਤੁਸੀਂ ਮਤਲਬ ਕਿ ਆਪਣੀ ਵਿੱਦਿਆ ਨੂੰ ਇੰਨਾ ਪੜ੍ਹ ਕੇ ਲਿਖ ਕੇ ਚੰਗੀ ਪੋਸਟ ਜੀ ਸਰ SDM ਦੀ ਪੋਸਟ ਹੈ ਜੀ ਸਰ, ਸਿਵਲ ਦੇ ਵਿੱਚ ਬਹੁਤ ਹੀ ਅੱਛੀ ਮੰਨੀ ਜਾਂਦੀ ਕੀ ਜੀ ਸਰ? ਸਰ ਬਹੁਤ ਵਧੀਆ ਮਹਿਸੂਸ ਹੋ ਰਿਹਾ, ਬਿਕੋਜ਼ ਕਾਫੀ ਟਾਈਮ ਤੋਂ ਮੈਂ ਡੈਡੀਕੇਟਡ ਸੀ ਇਸ ਨੂੰ ਲੈ ਕੇ, ਅਤੇ ਸ਼ੁਰੂ ਤੋਂ ਮੇਰਾ ਏਮ ਵੀ ਸੀ ਕਿ ਮੈਂ ਇੱਕ ਲੋਅ ਲੈਵਲ ਤੋਂ ਉੱਠ ਕੇ ਕਰਕੇ ਦਿਖਾਵਾਂ, ਕਿਉਂਕਿ ਬਿਕੋਜ਼ ਇਹ ਮੇਰੀ ਇਕੱਲੇ ਦੀ ਅਚੀਵਮੈਂਟ ਨਹੀਂ ਹੈ,
ਇੱਕ ਤਰ੍ਹਾਂ ਦਾ ਮੈਂ ਇੱਕ ਕਮਿਊਨਿਟੀ ਰਿਪ੍ਰੈਜ਼ੈਂਟ ਕਰ ਰਿਹਾ ਕਿ ਤੁਸੀਂ ਗੌਰਮੈਂਟ ਸਕੂਲ 'ਚ ਪੜ੍ਹ ਕੇ ਸਿੰਪਲ ਪਰਿਵਾਰ ਦੇ ਵਿੱਚੋਂ, ਮੇਰਾ ਪਰਿਵਾਰ ਬਿਲਕੁਲ ਕਿਸਾਨੀ ਨਾਲ ਸੰਬੰਧਿਤ ਰੱਖਦਾ ਜੀ, ਪਾਪਾ ਮੰਮੀ ਜ਼ਿਆਦਾ ਨਹੀਂ ਪੜ੍ਹੇ ਹੋਏ ਸੀ, ਬਟ ਉਹਨਾਂ ਨੇ ਮੇਰੀ ਐਜੂਕੇਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਐਫਰਟਸ ਕੀਤੀਆਂ। ਸੋ ਮੇਰਾ ਸ਼ੁਰੂ ਤੱਕ ਏਮ ਸੀ ਕਿ ਕੋਈ ਐਪ ਜਿਹਾ ਅਚੀਵ ਕਰਾਂ ਕਿ ਮੈਨੂੰ ਦੇਖ ਕੇ ਹੋਰ ਬੱਚੇ ਵੀ ਇੰਸਪਾਇਰ ਹੋਣ, ਕਿਉਂਕਿ ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ ਜੀ ਮੋਸਟਲੀ ਬੱਚੇ ਬਾਹਰ ਜਾ ਰਹੇ ਨੇ, ਕੈਰੀਅਰ ਨਹੀਂ ਹੈ। ਪਰ ਆਈ ਵਾਂਟ ਟੂ ਗਿਵ ਏ ਮੈਸੇਜ ਕਿ ਜੇ ਤੁਸੀਂ ਇੱਥੇ ਐਫਰਟ ਕਰਦੇ ਹੋ, ਕਮਿਟਮੈਂਟ ਨਾਲ ਕਰਦੇ ਹੋ, ਤਾਂ ਸਾਰਾ ਕੁਛ ਇੱਥੇ ਹੈ। ਬਾਕੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਜੀ, ਮੇਰੇ ਪੇਰੈਂਟਸ, ਮੇਰਾ ਪਰਿਵਾਰ ਮੇਰੇ ਨਾਲ ਖੜਾ, ਉਹਨਾਂ ਨੇ ਸੈਕਰੀਫਾਈਸ ਕੀਤੇ, ਅਤੇ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ ਪਰਮਾਤਮਾ ਦੀ ਦੇਣ ਹੈ, ਸਾਰਾ ਕੁਛ ਉਹਨੇ ਕਰਨਾ ਹੁੰਦਾ, ਪਰ ਐਫਰਟਸ ਕਰਨਾ ਆਪਣਾ ਫਰਜ਼ ਬਣਦਾ ਹੈ। ਤੁਸੀਂ ਇੰਨੇ ਹੀ ਲੱਕੀ ਹੋ ਕਿ ਤੁਹਾਡੀ ਪਹਿਲਾਂ ਸਿਲੈਕਸ਼ਨ ਹੋਈ ਲੈਕਚਰਾਰ ਜੀ ਸਰ, ਜੀ ਸਰ, ਤੁਸੀਂ ਸਿਵਲ ਦੇ ਵਿੱਚ ਮਤਲਬ ਜੀ ਸਰ ਐਸ ਡੀ ਐਮ ਦੀ ਜਗ੍ਹਾ 'ਤੇ ਜਾ ਰਹੇ ਹੋ ਜੀ ਸਰ, ਕੀ ਮਹਿਸੂਸ ਕਰ ਰਹੇ? ਬਹੁਤ ਵਧੀਆ ਲੱਗ ਰਿਹਾ ਸਰ, ਕਿਉਂਕਿ ਜਿਸ ਲੈਵਲ ਤੋਂ ਮੈਂ ਸਟਾਰਟ ਕੀਤਾ ਹੈ, ਕਿਉਂਕਿ ਪਰਿਵਾਰ ਮੇਰਾ ਕਿਸਾਨੀ ਨਾਲ ਸੰਬੰਧਿਤ ਹੈ, ਸੋ ਮੈਂ ਆਪਦੀ ਗ੍ਰੈਜੂਏਸ਼ਨ ਤੱਕ ਮੈਂ ਨਾਲ ਵਾਈ ਦਾ ਕੰਮ ਵੀ ਕੀਤਾ ਹੈ। ਉਸ ਤੋਂ ਬਾਅਦ 2006 ਦੇ ਵਿੱਚ ਸਰ ਮੈਂ ਯੂਨੀਵਰਸਿਟੀ ਤੋਂ ਐੱਮ ਐੱਸ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ, ਅਤੇ ਆਈ ਵਾਜ਼ ਲੱਕੀ ਕਿ ਉਸੇ ਸਾਲ ਹੀ ਮੈਰਿਟ ਦੇ ਬੇਸ 'ਤੇ ਮੈਨੂੰ ਐਜ਼ ਏ ਡਾਇਰੈਕਟ ਲੈਕਚਰ ਆਫ ਫਿਜ਼ਿਕਸ ਜੋਬ ਮਿਲ ਗਈ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੋਦਾ। ਸੋ 12 ਸਾਲ ਦਾ ਸਰ ਮੇਰਾ ਟੀਚਿੰਗ ਕੈਰੀਅਰ ਹੈ, ਅਤੇ ਉਹਦੇ ਵਿੱਚ ਮੇਰੇ ਬੱਚਿਆਂ ਨੇ ਬਹੁਤ ਅਚੀਵਮੈਂਟਸ ਕੀਤੀਆਂ ਨੇ, ਮੈਰਿਟਸ ਦੇ ਵਿੱਚ ਆਉਂਦੇ ਰਹੇ ਨੇ, ਪਰ ਫਿਰ ਮੇਰਾ ਏਮ ਸੀ ਕਿ ਮੈਂ ਇਸ ਤੋਂ ਜ਼ਿਆਦਾ ਐਜੂਕੇਸ਼ਨ ਵਾਸਤੇ ਇੱਕ ਸਿਸਟਮ ਵਾਸਤੇ ਕੁਛ ਕਰਾਂ। ਸੋ ਸਰ ਲਾਸਟ ਮੰਥ ਦੇ ਵਿੱਚ 2 ਟੈਸਟ ਲਗਾਤਾਰ ਸੀ, ਸਕੂਲ ਪ੍ਰਿੰਸੀਪਲ ਦੀ ਮੇਰੀ ਸਿਲੈਕਸ਼ਨ ਹੋ ਗਈ ਸੀ ਫਰਾਈਡੇ ਨੂੰ, ਐਂਡ ਦੈਨ ਆਫਟਰ ਮੰਡੇ ਨੂੰ ਮੇਰਾ ਪੀ ਸੀ ਐੱਸ ਐਗਜ਼ੀਕਿਊਟਿਵ ਦੀ ਇੰਟਰਵਿਊ ਸੀ। ਇੱਕ ਅਸਾਮੀ ਸੀ ਕਿਉਂਕਿ ਕਾਫੀ ਟਫ ਕੰਪੀਟੀਸ਼ਨ ਸੀ, ਪਰ ਐਫਰਟਸ ਪੇਡ, ਸੋ ਆਈ ਐਮ ਫੀਲਿੰਗ ਟੂ ਹੈਪੀ ਐਂਡ ਲੱਕੀ ਆਲਸੋ। ਜਿਹੜੇ ਬੰਦੇ ਬਾਹਰ ਜਾ ਰਹੇ ਆਪਣੇ ਪੰਜਾਬ ਦੇ ਲੋਕ ਜੀ ਸਰ, ਬੱਚੇ ਘਰ ਛੱਡ ਛੱਡ ਕੇ ਬਾਹਰ ਜੀ ਸਰ ਪੈਸੇ ਲਗਾ ਕੇ ਜਾ ਰਹੇ ਨੇ, ਜੀ ਸਰ ਸੰਦੇਸ਼ ਦੇਣਾ? ਸਰ ਸਿੰਪਲ ਜਿਹਾ ਸੰਦੇਸ਼ ਹੈ, ਮੇਰੀਆਂ ਐਫਰਟਸ ਦੇਖ ਸਕਦੇ ਹੈ, ਆਈ ਹੈਵ ਡਨ ਦੈਟ, ਅਤੇ ਮੇਰੇ ਤੋਂ ਬਿਨਾਂ ਵੀ ਬਹੁਤ ਸਾਰੀਆਂ ਅਚੀਵਮੈਂਟ ਮੇਰੇ ਤੋਂ ਵੱਡੀਆਂ ਵੀ ਹੈ, ਕਿਉਂਕਿ ਆਪਣੇ ਅਬਦੁਲ ਕਲਾਮ ਜੀ ਨੇ, ਮਨਮੋਹਨ ਸਿੰਘ ਜੀ ਨੇ, ਸੋ ਬਹੁਤ ਸਾਰਾ ਆਪਣੀ ਹਿਸਟਰੀ ਹੈ ਜਿਹੜੀ ਇੰਡੀਆ ਦੀ ਭਰੀ ਪਈ ਹੈ ਇਸ ਚੀਜ਼ਾਂ ਨਾਲ, ਕਿ ਜੇ ਤੁਸੀਂ ਐਫਰਟ ਇੱਥੇ ਵੀ ਕਰਦੇ ਹੋ ਤਾਂ ਆਪਣੀ ਕੰਟਰੀ ਲੀਡ ਕਰ ਰਹੀ ਹੈ। ਸੋ ਇਸ ਤਰ੍ਹਾਂ ਦੇ ਇਲੂਜ਼ਨ 'ਚ ਨਾ ਆਓ ਕਿ ਬਾਹਰ ਸਾਰਾ ਕੁਛ ਹੈ ਜਾਂ ਸਿਸਟਮ ਬਾਹਰ ਵਧੀਆ, ਜੇ ਆਪਾਂ ਐਫਰਟ ਕਰਾਂਗੇ ਤਾਂ ਸਿਸਟਮ 'ਚ ਆਵਾਂਗੇ ਤਾਂ ਸਿਸਟਮ ਤਾਂ ਹੀ ਸੁਧਰੂਗਾ, ਅਤੇ ਜੇ ਬ੍ਰੇਨ ਡਰੇਨ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਆਪਣੇ ਪੰਜਾਬ ਨੂੰ ਜਾਂ ਆਪਣੀ ਇੰਡੀਆ ਨੂੰ ਕੌਣ ਸੰਭੂ? ਸੋ ਮੇਰਾ ਸਿੰਪਲ ਜਿਹਾ ਮੈਸੇਜ ਹੈ, ਹਾਰਡ ਵਰਕ ਕਰੋ ਐਂਡ ਕਮਿਟਮੈਂਟ ਰੱਖੋ, ਵੈਲਿਊਜ਼ ਦੇ ਨਾਲ ਜਸਟੀਫਾਈ ਕਰੋ, ਤੁਸੀਂ ਇੱਥੇ ਬਹੁਤ ਕੁਛ ਅਚੀਵ ਕਰੋਗੇ।